ਮੈਨੂੰ ਐਕਚੁਅਲੀ ਬਚਪਨ ਤੋਂ ਹੀ ਸ਼ੌਕ ਸੀ ਸਕੂਲ ਕਾਲਜ ਟਾਈਮ ਮੈਂ ਇਦਾਂ ਦੀਆਂ ਕਲਚਰ ਐਕਟੀਵਿਟੀਜ਼ ਦੇ ਵਿੱਚ ਕਾਫੀ ਸਰਗਰਮ ਰਹਿੰਦੀ ਸੀ ਸੋ ਜਦੋਂ ਮੈਂ ਗ੍ਰੈਜੂਏਸ਼ਨ ਕੀਤੀ ਕੰਪਲੀਟ ਹੋ ਗਈ ਤਾਂ ਮੇਰੇ ਪਾਪਾ ਜੀ ਕਹਿੰਦੇ ਚਲੋ ਵੀ ਹੁਣ ਤੂੰ ਬੀ ਐਡ ਕਰ ਲੈ ਫਾਰਮ ਲੈ ਕੇ ਆ ਗਏ ਘਰ ਕਹਿੰਦੇ ਚੱਲ ਤੂੰ ਬੀ ਐਡ ਕਰ ਲੈ ਲੋਪੋ ਕਿਉਂਕਿ ਉਹ ਜਿਹੜਾ ਕਾਲਜ ਹੈ ਉਹ ਤੁਹਾਨੂੰ ਦੱਸਦਾ ਆਪਣੇ ਰਿਸ਼ਤੇਦਾਰੀ ਨੇ ਜੇ ਕਿਸੇ ਨੇ ਕਰਨੀ ਹੋਵੇ ਤੇ ਕਹਿੰਦੇ ਤੂੰ ਬੀ ਐਡ ਕਰ ਲੈ ਤੇ ਪਰ ਮੇਰੇ ਪ੍ਰੋਫੈਸਰ ਸੀ ਜੀ ਪ੍ਰੋਫੈਸਰ ਵਿਰਕ ਮੈਂ ਹਮੇਸ਼ਾ ਉਹਨਾਂ ਦਾ ਨਾਮ ਲੈਂਦੀ ਹਾਂ ਜੇ ਸ਼ਾਇਦ ਅੱਜ ਮੈਂ ਇੱਥੇ ਹਾਂ ਤਾਂ ਉਹਨਾਂ ਕਰਕੇ ਹਾਂ ਉਹ ਮੈਨੂੰ ਕਹਿੰਦੇ ਨਹੀਂ ਤੂੰ ਕਹਿੰਦੇ ਨਹੀਂ ਬੀ ਐਡ ਕਰਕੇ ਤੂੰ ਭੈਣ ਜੀ ਨਹੀਂ ਬਣਨਾ ਕਹਿੰਦੇ ਮੈਂ ਸੁਣਿਆ ਵੀ ਪੰਜਾਬੀ ਯੂਨੀਵਰਸਿਟੀ ਥੀਏਟਰ ਡਿਪਾਰਟਮੈਂਟ ਹੈ ਤੇ ਤੂੰ ਉੱਥੇ ਜਾ ਤੂੰ ਥੀਏਟਰ ਦੀ ਉਦੋਂ ਤਾਂ ਇਹ ਕਹਿੰਦੇ ਸੀ ਡਰਾਮੇ ਦੀ ਹੈ ਡਰਾਮੇ ਦੀ ਉਹ ਕਰ ਤੂੰ ਜਾ ਕੇ ਐਮ ਏ ਮੈਂ ਕਿਹਾ ਚਲੋ ਦੇਖਦੇ ਹਾਂ ਘਰੇ ਗੱਲ ਕੀਤੀ ਤਾਂ ਘਰਦਿਆਂ ਨੂੰ ਇੰਨੀ ਨੌਲੇਜ ਨਹੀਂ ਸੀ ਇਸ ਬਾਰੇ ਕਿਉਂਕਿ ਮੈਂ ਜੀ ਰਾਮਪੁਰਾਪੁਰ ਦੀ ਰਹਿਣ ਵਾਲੀ ਹਾਂ ਕੋਈ ਇੰਨਾ ਜ਼ਿਆਦਾ ਵੀ ਬੈਕਵਰਡ ਏਰੀਆ ਹਾਲਾਂਕਿ ਬਲਰਾਮ ਬਾਈ ਜੀ ਬੈਠੇ ਨੇ ਇਹ ਤਾਂ ਸਾਡੇ ਜੂਨੀਅਰ ਕਾਫੀ ਤੇ ਪਰ ਇਹਨਾਂ ਨੇ ਬੜਾ ਸਾਥ ਦਿੱਤਾ ਜੀ ਦਲਜੀਤ ਬਾਈ ਲੱਖਾ ਵੀਰ ਬਾਕੀ ਰਾਣਾ ਵੀ ਸੀ ਸਾਰੇ ਸੀਗੇ ਜੀ ਡਿੰਪੀ ਸੀ ਤਾਂ ਵਿਆਹ ਹੋ ਗਿਆ ਚਲੋ ਜੀ ਵਿਆਹ ਹੋ ਗਿਆ ਉਸ ਤੋਂ ਬਾਅਦ ਇੱਕ ਥੀਏਟਰ ਹੀ ਸੀ ਉਹ ਸਾਡੇ ਕੋਲ ਮੇਨ ਮਤਲਬ ਜਿੱਥੋਂ ਲਾਈਕ ਸਾਨੂੰ ਲੱਗਦਾ ਸੀ ਅਸੀਂ ਰੋਟੀ ਵੀ ਖਾਣੀ ਹੈ ਜੀ ਟੈਲੀਵਿਜ਼ਨ ਨਹੀਂ ਸੀ ਹੁੰਦਾ ਜੀ ਤਾਂ ਪਲੇ ਕਰਨੇ ਜੀ ਪਲੇ ਕਰਦੇ ਰਹੇ ਨਾਲ ਨਾਲ ਫਿਰ ਟੈਲੀਵਿਜ਼ਨ ਤੇ ਵੀ ਪਰ ਜਦੋਂ ਮੈਂ ਇੱਕ ਗੱਲ ਤੁਹਾਨੂੰ ਦੱਸਣੀ ਚਾਹੂੰਗੀ ਜਦੋਂ ਮੈਂ ਐਮ ਏ ਚ ਐਡਮਿਸ਼ਨ ਲਈ ਜਦ ਮੈਂ ਆਈ ਮੈਂ ਐਂਟਰ ਕੀਤਾ ਜੀ ਬੜਾ ਸੋਹਣਾ ਮਾਹੌਲ ਸੀ ਡਿਪਾਰਟਮੈਂਟ ਦਾ ਮੈਨੂੰ ਹਲੇ ਵੀ ਉਹ ਮਾਹੌਲ ਨਹੀਂ ਭੁੱਲਦਾ ਕਿਉਂਕਿ ਉਹੀ ਮਾਹੌਲ ਮੈਂ 2 ਸਾਲ 3 ਸਾਲ 4 ਸਾਲ ਲਗਾਤਾਰ ਦੇਖਿਆ ਕਿਉਂਕਿ ਐਮ ਏ ਤੋਂ ਬਾਅਦ ਆਪਾਂ ਰੈਕਟਰੀ ਚ ਆ ਗਏ ਸੀ ਬੜਾ ਮਤਲਬ ਵਿਸ਼ੇ ਹੋਏ ਸੀ ਆਪਣੇ ਕਾਲੀਨ ਵੀ ਵਿਸ਼ੇ ਹੋਏ ਸੀ ਧੂਫ ਲੱਗੀ ਹੋਈ ਸੀ ਤੇ ਬਾਹਰ ਮਤਲਬ ਪਲੇਸ ਦੀਆਂ ਫੋਟੋਜ਼ ਲੱਗੀਆਂ ਹੋਈਆਂ ਸੀ ਤੇ ਮੈਂ ਜਦੋਂ ਐਂਟਰ ਕੀਤਾ ਅੰਦਰ ਤਾਂ ਮੈਂ ਉੱਪਰ ਮੈਮ ਨੂੰ ਦੇਖਿਆ ਪੰਡਿਤ ਜੀ ਨੂੰ ਦੇਖਿਆ ਗੰਭੀਰ ਸਾਹਿਬ ਨੂੰ ਦੇਖਿਆ ਕਿਉਂਕਿ ਉੱਪਰ ਮੈਮ ਦੇ ਮੈਂ ਬਹੁਤ ਸਾਰੇ ਪਲੇ ਦੇਖੇ ਸੀ ਦੂਰਦਰਸ਼ਨ ਤੇ ਤੇ ਮੈਂ ਦੇਖਿਆ ਮੈਂ ਕਿਹਾ ਆਪਾਂ ਸੋਚਦੇ ਹੁੰਦੇ ਵੀ ਕਦੇ ਸ਼ਾਇਦ ਅਸੀਂ ਵੀ ਕਰਾਂਗੇ ਤੇ ਮੈਂ ਜਦੋਂ ਇਹਨਾਂ ਨੂੰ ਆਪਦੇ ਅੱਗੇ ਬੈਠੇ ਦੇਖਿਆ ਤਾਂ ਮੈਨੂੰ ਮੈਂ ਹੋਰ ਹੀ ਦੁਨੀਆ 'ਚ ਪਹੁੰਚ ਗਈ ਮੈਨੂੰ ਲੱਗਿਆ ਵੀ ਮੈਂ ਬਹੁਤ ਸਹੀ ਜਗ੍ਹਾ ਤੇ ਆਈ ਆ ਔਰ ਉਹ ਨਸ਼ਾ ਸ਼ਾਇਦ ਮੇਰਾ ਅੱਜ ਤਾਈਂ ਉਤਰਿਆ ਨਹੀਂ ਰੈਕਟਰੀ ਸ਼ੁਰੂ ਹੋ ਗਈ ਜੀ 1200 ਰੁਪਇਆ ਪਰ ਮੰਥ ਮਿਲਦਾ ਹੁੰਦਾ ਸੀ ਤੇ ਉਹ ਵੀ ਉਦੋਂ ਆਇਆ ਲੱਗਦਾ ਸੀ ਬਹੁਤ ਸਾਰਾ ਕਿਉਂਕਿ ਰੇਡੀਓ ਨਾਲ ਨਾਲ ਮੇਰਾ ਰੇਡੀਓ ਚੱਲ ਰਿਹਾ ਸੀ ਰੇਡੀਓ ਤੇ ਪਟਿਆਲੇ ਵੀ ਕਰਦੇ ਸੀ ਪਟਿਆਲੇ ਵੀ ਤੇ ਮੈਂ ਉੱਥੇ ਜਲੰਧਰ ਵੀ ਸੀ ਆਲ ਇੰਡੀਆ ਰੇਡੀਓ ਡਰਾਮਾ ਆਰਟਿਸਟ ਤੇ ਉੱਥੋਂ ਮੈਨੂੰ ਪਹਿਲਾ ਚੈੱਕ ਮਿਲਿਆ ਸੀ ਜੀ 522 ਰੁਪਏ ਦਾ ਤੇ ਮੈਨੂੰ ਬੜੀ ਖੁਸ਼ੀ ਹੋਈ ਸੀ ਉਹ 522 ਰੁਪਏ ਦੇ ਵਿੱਚ ਬੜਾ ਕੁਝ ਹੋ ਗਿਆ ਸੀ ਮੇਰਾ ਮੈਸ ਦਾ ਬਿੱਲ ਵੀ ਦੇਣ ਵਾਲਾ ਸੀ 350 ਰੁਪਏ ਉਹ ਵੀ ਦਿੱਤਾ ਮੈਂ ਕਹਿੰਦੀ ਤੇ ਮੈਨੂੰ ਮੇਰਾ ਸੀਰੀਅਲ ਸ਼ੁਰੂ ਹੋ ਗਿਆ ਸੀ ਉੱਥੋਂ ਪਹਿਲਾ ਸੀਰੀਅਲ ਸੀ ਮੇਰਾ ਆਲ ਇੰਡੀਆ ਰੇਡੀਓ ਤੋਂ ਕੰਡਿਆਂ ਤੇ ਤੁਰਨਾ ਤੇ ਉਹਦੇ ਕਾਫੀ ਸਾਰੇ ਐਪੀਸੋਡ ਸੀਗੇ ਤੇ ਬੜਾ ਵਧੀਆ ਲੱਗਿਆ ਨਾਲ ਨਾਲ ਫਿਰ ਇੱਥੇ ਆਪਣੇ ਪਟਿਆਲੇ ਰੇਡੀਓ ਸਟੇਸ਼ਨ ਜਾਂਦੇ ਭੈਣਾਂ ਦਾ ਪ੍ਰੋਗਰਾਮ ਮੈਂ ਤੇ ਅਨੀਤਾ ਮੀਤ ਅਸੀਂ ਦੋਨੋਂ ਭੈਣਾਂ ਦਾ ਪ੍ਰੋਗਰਾਮ ਕਰਦੇ ਸੀ ਜੀ ਮਤਲਬ ਤੁਹਾਡਾ ਦਾਲ ਫੁਲਕਾ ਚੱਲੀ ਜਾ ਰਿਹਾ ਸੀ ਬਸ ਔਖਾ ਸੌਖਾ ਚੱਲੀ ਜਾ ਰਿਹਾ ਸੀ ਕਿਉਂਕਿ ਜਾਣਾ ਜਦੋਂ ਕਿ ਉਦੋਂ ਉੱਧਰ ਕੋਈ ਗਰਮੀ ਇੰਨੀ ਹੋਣੀ ਪੈਦਲ ਜਾਣਾ ਇੱਥੋਂ ਆਟੋ ਉੱਧਰ ਨੂੰ ਜਾਂਦੇ ਨਹੀਂ ਸੀ ਕਿਸੇ ਨਾ ਕਿਸੇ ਤੋਂ ਲਿਫਟ ਮੰਗ ਲੈਣੀ ਕਈ ਵਾਰੀ ਰਿਕਸ਼ਾ ਜਾਣਾ ਤਾਂ ਰਿਕਸ਼ੇ ਵਾਲੇ ਨੇ ਕਹਿਣਾ ਮੈਂ ਤਾਂ ਜੀ 20 ਰੁਪਏ ਲਾਉਣ ਉਦੋਂ ਲੱਗਣਾ ਇੰਨੇ ਪੈਸੇ ਫਿਰ ਆਏ ਹੁਣ 20 ਰੁਪਏ ਚ ਕਾਫੀ ਸਰੂਗਾ ਕਾਹਨੂੰ ਤੁਰ ਕੇ ਚਲੇ ਜਾਂਦੇ ਆ ਆਉਂਦਿਆਂ ਨੂੰ ਰਿਸੈਸ ਦਾ ਟਾਈਮ ਓਵਰ ਹੋ ਜਾਣਾ ਤੇ ਬਸ ਡਰਦੇ ਡਰਦੇ ਡਿਪਾਰਟਮੈਂਟ ਚ ਵੜਨਾ ਫਿਰ ਵੀ ਗੁਰਚਰਨ ਸਾਹਿਬ ਨੇ ਸਾਨੂੰ ਫਾੜੀ ਲੈਣਾ ਹੈਨਾ ਉਹਨਾਂ ਨੇ ਕਹਿਣਾ ਆ ਗਈਆਂ ਜਾਂ ਰੇਡੀਓ ਤੇ ਕੰਮ ਕਰ ਲਓ ਤੇ ਜਾਂ ਫਿਰ ਇੱਥੇ ਕੰਮ ਕਰ ਲਓ ਤੇ ਪਰ ਹੁਣ ਕੀ ਪਤਾ ਸੀ ਜੀ ਕਿਉਂਕਿ ਉਹਨਾਂ ਨੂੰ ਤਾਂ ਵੱਡੀ ਅਮਾਉਂਟ ਮਿਲਦੀ ਸੀ ਜੀ ਤਨਖਾਹ ਦੀ ਪਰ ਸਾਡੇ ਕੋਲ ਤਾਂ ਉਹੀ 4 ਪੈਸੇ ਹੁੰਦੇ ਸੀ ਟਾਈਮ ਹੁੰਦਾ ਸੀ ਕਦੇ ਵੀ ਸਟਰਗਲ ਹੁਣ ਵੀ ਚੱਲ ਰਹੀ ਮੈਂ ਤਾਂ ਇਹ ਵੀ ਕਹਿੰਦਾ ਹੁੰਦਾ ਪਰ ਕਦੇ ਵੀ ਅਸੀਂ ਮੈਂ ਇਹ ਕਹਿੰਦਾ ਕਦੇ ਵੀ ਘਬਰਾਉਂਦੇ ਨਹੀਂ ਨਾ ਮੈਂ ਘਬਰਾਇਆ ਨਾ ਮੈਂ ਕਦੇ ਡਾਊਨ ਹੋਇਆ ਇਸ ਗੱਲ ਤੇ ਨਾ ਕਦੇ ਟੈਨਸ਼ਨ ਪਾਈ ਹੈ ਵੀ ਆਹ ਪੈਸਾ ਨਹੀਂ ਹੈ ਆਏ ਨਹੀਂ ਉਹ ਕੰਮ ਕਰਨਾ ਜੋ ਕੁਛ ਕਰਨਾ ਸੋਚ ਲੈਂਦੇ ਸੀ ਵੀ ਕਰਨਾ ਤਾਂ ਕਰਨਾ ਹੀ ਹੈ ਠੀਕ ਹੈ ਮਤਲਬ ਇਹ ਨਹੀਂ ਸੋਚਿਆ ਸੀ ਵੀ ਯਾਰ ਜੇਬ 'ਚ ਹੈ ਕਿ ਨਹੀਂ ਹੈ ਕਿਤੇ ਜਾਣਾ ਕਿਸੇ ਨੂੰ ਮਿਲਣ ਜਾਣਾ ਐਂ ਸੋਚ ਲੈਂਦੇ ਯਾਰ ਪਤਾ ਨਹੀਂ ਜਲੰਧਰ ਜਾਣਾ ਕੰਮ ਬਣੂਗਾ ਕਿ ਨਹੀਂ ਬਣੂਗਾ ਪਹਿਲਾਂ ਕਿਰਾਇਆ ਪੱਟ ਕੇ ਜਾਵਾਂਗੇ 200 ਰੁਪਇਆ ਉਹ ਨਹੀਂ ਮੈਂ ਕਦੇ ਸੋਚਦਾ ਸੀ ਅੱਜ ਤੱਕ ਦਾ ਮੇਰਾ ਇਹ ਹੈ ਵੀ ਜੇ ਕੰਮ ਕਰਨਾ ਤਾਂ ਕਰਨਾ ਹੀ ਹੈ ਉਹ ਹੀ ਨਹੀਂ ਦੇਖਣਾ ਵੀ ਕੀ ਹੈ ਕੀ ਨਹੀਂ ਬੱਟੇ ਬਹੁਤ ਵਾਰੀ ਅੱਗੇ ਵਧਾਂਗੇ ਜਾਵਾਂਗੇ ਮੈਂ ਇੱਕ ਗੱਲ ਕਹਿਣਾ ਹੁਣ ਸਾਰਿਆਂ ਨੂੰ ਕਹਿਣਾ ਹੁਣ ਜੇ ਅਸੀਂ ਕਿਸੇ ਰਸਤੇ ਤੇ ਤੁਰਾਂਗੇ
ਤਾਂ ਸਾਨੂੰ ਕਿਤੇ ਮੰਜ਼ਿਲ ਮਿਲੂਗੀ ਘਰ ਬੈਠ ਕੇ ਸਕੀਮਾਂ ਨਾਲ ਕਦੇ ਕੋਈ ਨਹੀਂ ਮੈਂ ਲੱਗਦਾ ਜੇ ਵੀ ਸਪੋਰਟ ਨਾ ਕਰਦੇ ਸ਼ਾਇਦ ਦੁਬਾਰਾ ਫਿਰ ਮੈਂ ਕਹਿ ਰਹੀ ਹਾਂ ਮੈਂ ਇਸ ਮੰਚ ਤੇ ਅੱਜ ਨਾ ਬੈਠੀ ਹੁੰਦੀ ਕਿਉਂਕਿ ਬਹੁਤ ਵਾਰੀ ਇਦਾਂ ਮੇਰੀ ਬੇਟੀ ਵੀ ਹੋ ਗਈ ਸੀ ਦੇਖੋ ਮੈਰਿਜ ਤੋਂ ਡੇਢ ਸਾਲ ਬਾਅਦ ਬੇਟੀ ਪੈਦਾ ਹੋ ਗਈ ਸੀ ਤੇ ਮੈਂ ਉਦੋਂ ਪੀਐਚਡੀ ਵੀ ਕਰ ਰਹੀ ਸੀ ਮੇਰੀ ਬੈਡ ਲੱਕ ਕਿ ਮੈਂ ਮੈਨੂੰ ਹਾਲਾਤ ਕੁਛ ਇਦਾਂ ਦੇ ਬਣ ਗਏ ਸੀ ਉਹ ਵੀ ਵਿਚਾਲੇ ਛੱਡਣੀ ਪਈ ਕਿਉਂਕਿ ਮੈਨੂੰ ਕੰਮ ਵੀ ਘਰ ਵੀ ਦੇਖਣਾ ਪੈਂਦਾ ਸੀ ਮੈਂ ਬਾਹਰ ਕੰਮ ਵੀ ਕਰਦੀ ਸੀ ਮੈਂ ਵਰਕਿੰਗ ਸੀ ਤੇ ਕੁਛ ਹਾਲਾਤ ਇਦਾਂ ਦੇ ਹੋ ਗਏ ਕਿ ਮੈਨੂੰ ਲੱਗਿਆ ਵੀ ਨਹੀਂ ਮੈਂ ਹੁਣ ਕਰ ਨਹੀਂ ਸਕਦੀ ਦੇਖੋ ਉਹ ਹਾਲਾਤ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕੂੰਗੀ ਉਹ ਪੀਐਚਡੀ ਫਿਰ ਮੇਰੀ ਉਹ ਰਹਿ ਗਈ ਵਿੱਚੇ ਔਰ ਮੈਨੂੰ ਉਹਦਾ ਅੱਜ ਵੀ ਦੁੱਖ ਹੁੰਦਾ ਕਿ ਮੈਂ ਕਿਉਂ ਘਬਰਾ ਗਈ ਸੀ ਮੈਂ ਕਿਉਂ ਹਾਰ ਗਈ ਸੀ ਉਹਨਾਂ ਹਾਲਾਤਾਂ ਤੋਂ ਮੈਂ ਤੁਹਾਨੂੰ ਇਹੀ ਕਹੂੰਗੀ ਹਾਲਾਤਾਂ ਤੋਂ ਕਦੇ ਵੀ ਨਹੀਂ ਹਾਰਨਾ ਮੈਂ ਸਿੱਖਿਆ ਉਹਨਾਂ ਹਾਲਾਤਾਂ ਤੋਂ ਹਾਲਾਤਾਂ ਤੋਂ ਤਾਂ ਹਾਰੋ ਨਾ ਕੀ ਚੀਜ਼ ਨੇ ਹਾਲਾਤ ਜੇ ਤੁਸੀਂ ਡੱਟ ਕੇ ਖੜ ਜਾਓਗੇ ਉਹਨਾਂ ਮੂਹਰੇ ਤੇ ਅੱਜ ਜੇ ਮੈਂ ਕੱਲ ਉਹਨਾਂ ਮੂਹਰੇ ਨਾ ਹਾਰੀ ਹੁੰਦੀ ਤਾਂ ਸ਼ਾਇਦ ਮੇਰੇ ਨਾਂ ਦੇ ਅੱਗੇ ਵੀ ਡਾਕਟਰ ਲੱਗਿਆ ਹੁੰਦਾ ਕਿਉਂਕਿ ਆਲਮੋਸਟ ਮੈਂ ਕੰਮ ਕਰ ਚੁੱਕੀ ਸੀ ਸਿਰਫ ਮੇਰੇ ਦੋ ਚੈਪਟਰ ਰਹਿ ਗਏ ਸੀ ਪੂਰੇ ਕਰਨ ਵਾਲੇ ਕਲਾਕਾਰ ਵੱਡਾ ਹੁੰਦਾ ਡਾਕਟਰ ਹਾਂ ਬੇਟਾ ਨਾਲ ਕੀ ਸਵਾਲ ਪੁੱਛ ਸਕਦੇ ਹੋ ਤੁਸੀਂ ਪਰ ਮੈਂ ਮਤਲਬ ਫਿਰ ਮੈਂ ਭਿੰਦਰ ਨੂੰ ਕਿਹਾ ਮੈਂ ਕਿਹਾ ਨਹੀਂ ਕਿ ਮੈਂ ਭੁਪਿੰਦਰ ਦੱਸ ਚੁੱਕਿਆ ਕਿਉਂਕਿ ਮੈਂ ਕਾਫੀ ਫਿਲਮਾਂ ਕੀਤੀਆਂ ਉਹਨਾਂ ਚੋਂ ਕਦੇ ਪੈਸੇ ਮਿਲ ਗਏ ਕਦੇ ਨਾ ਮਿਲੇ ਘਰ ਵੀ ਚਲਾਉਣਾ ਬੱਚੇ ਨੂੰ ਵੀ ਪੜਾਉਣਾ ਹਨਾ ਫਿਰ ਮੈਂ ਭਿੰਦਰ ਨੂੰ ਕਿਹਾ ਭਿੰਦਰ ਮੈਂ ਨਹੀਂ ਇਹ ਕੰਮ ਕਰਨਾ ਮੈਂ ਕੋਈ ਸਕੂਲ ਕਾਲਜ 'ਚ ਜੌਬ ਕਰ ਲੂੰਗੀ ਤੇ ਮੈਂ ਇਸ ਪਾਸੇ ਨਹੀਂ ਜਾਣਾ ਭੁਪਿੰਦਰ ਕਹਿੰਦੇ ਨਹੀਂ ਜਿਹੜਾ ਆਪਣਾ ਏਮ ਹੈ ਆਪਾਂ ਸੋਚਿਆ ਹੋਇਆ ਤੇ ਆਪਾਂ ਉਸ ਏਮ ਤੋਂ ਕਿਉਂ ਭਟਕੀਏ ਕਹਿੰਦੇ ਮੈਂ ਤੇਰੇ ਨਾਲ ਖੜਾ ਨਾ ਬਹੁਤ ਵਾਰ ਮੈਂ ਸੱਚੀ ਕਹਿੰਦੀ ਮੈਂ ਬਹੁਤ ਵਾਰ ਹਿੱਲੀ ਆ ਆਪਦੇ ਏਮ ਤੋਂ ਪਰ ਇਹਨਾਂ ਨੇ ਮੈਨੂੰ ਨਹੀਂ ਕਿਹਾ ਵੀ ਨਹੀਂ ਤੂੰ ਕਰ ਸੋ ਅੱਜ ਜੇ ਮੈਂ ਮਾੜਾ ਮੋਟਾ ਕੁਛ ਕਰ ਪਾਈ ਆ ਤਾਂ ਸਿਰ ਭੁਪਿੰਦਰ ਦੇ ਕਰਕੇ ਹੀ ਹੈ ਹਵਾਈ ਤੋਂ ਬਾਅਦ ਮੈਨੂੰ ਲੱਗਦਾ ਫਿਰ ਮੈਂ ਬੈਠੀ ਰਹੀ ਆ ਬੈਠੀ ਥੋੜੀ ਦੇਰ ਫਿਰ ਮੈਨੂੰ ਮੰਨਤ ਫਿਲਮ ਕੀਤੀ ਮੈਂ ਮੰਨਤ ਗੁਰਿੰਦਰ ਦਾ ਡਿੰਪੀ ਦਾ ਫੋਨ ਆਇਆ ਮੈਨੂੰ ਤੇ ਡਿੰਪੀ ਮੈਨੂੰ ਲੱਗਦਾ ਹਾਂ ਪ੍ਰੋਡਕਸ਼ਨ ਕੀਤੀ ਸੀ ਡਿੰਪੀ ਨੇ ਕਹਿੰਦਾ ਜਗਜੀਤ ਹੋਰ ਵੀ ਬੜੇ ਸਾਰੇ ਸੀਰੀਅਲ ਸੀ ਜਿਹੜੇ ਕੀਤੇ ਸੀਰੀਅਲ ਕਰਦੇ ਰਹੇ ਸੀਰੀਅਲ ਦੇ ਵਿੱਚੋਂ ਵੀ ਪੈਸੇ ਮਿਲ ਜਾਂਦੇ ਸੀ ਪੈਸੇ ਮਿਲਣੇ ਸ਼ੁਰੂ ਹੋ ਗਏ ਸੀਗੇ ਨਾਲ ਰੇਡੀਓ ਹੋ ਗਿਆ ਟੀਵੀ ਹੋ ਗਿਆ ਪਰਾਈਆਂ ਲੋੜਾਂ ਜੀ ਪੂਰੀਆਂ ਹੁੰਦੀਆਂ ਸੀ ਉਦੋਂ ਖੁੱਲ ਕੇ ਜੇ ਜਿਉ ਨਹੀਂ ਸੀ ਸਕਦੇ ਹਲੇ ਹਨਾ ਯਾਦ ਹੈ ਜੋ ਸਰਹੱਦ ਦਾ ਸਾਨੂੰ ਸੀਰੀਅਲ ਸੌਰੀ ਜੀ ਟੀਵੀ ਤੇ ਮਿਲਿਆ ਸੀ ਗੁਰਕਰਨ ਪਰਛਾਵੇਂ ਸੀ ਉਹਦੇ ਸਾਡੀ ਨਾ ਅਮਾਊਂਟ ਸਾਈਨ ਕੀਤੀ ਕੰਟਰੈਕਟ ਪਹਿਲੀ ਵਾਰ ਸਾਈਨ ਹੋਇਆ 750 ਪਰ ਡੇ ਪਰ ਡੇ ਪਰ ਕਾਰਨ ਮੈਂ ਬਿੰਨੂ ਰੂਪੀ ਦੇ ਸੀ ਇੰਨੇ ਖੁਸ਼ ਕਿ ਅਸੀਂ 750 ਇੱਕ ਦਿਨ ਦਾ ਲਾ ਇੱਕ ਦਿਨ ਦਾ ਲਾ ਮੈਨੂੰ ਯਾਦ ਆ ਜੋ ਦੀਦੀ ਆਪਾਂ ਉੱਥੇ ਬੈ ਕੇ ਬੜੇ ਖੁਸ਼ ਹੋਏ ਸੀ ਬਿਲਕੁਲ 750 ਇੱਕ ਦਿਨ ਦਾ ਮਿਲਿਆ ਕਰ ਯਕੀਨ ਨਹੀਂ ਸੀ ਹੁੰਦਾ ਵੀ 750 ਰੁਪਿਆ ਮਿਲ ਜੂਗਾ ਆਪਾਂ ਨੂੰ ਹੈਨਾ ਤੇ ਬੜਾ ਵਧੀਆ ਬਈ ਮੈਨੂੰ ਲੱਗਦਾ ਗੋਲਡੀ ਮੇਰੀ ਛੋਟੀ ਜੀ ਭੈਣ ਉਸ ਮੇਰੀ ਨੂੰਹ ਬਣੀ ਸੀ ਬੜੀ ਕੁੱਤੀ ਬਈ ਮੈਂ ਉਹਦੇ ਕਿਸੇ ਨੂੰ ਪਤਾ ਨੀ ਸੀ ਉਦੋਂ ਵੀ ਆਪਣੀ ਗਲੀ ਚ ਇੰਨਾ ਪਤਾ ਨੀ ਸੀ ਮੈਂ ਉਦੋਂ ਕੰਮ ਕਰਦੀ ਆ ਬਰਨਾਲੇ ਤੇ ਮੈਂ ਲੰਘ ਰਹੀ ਕਹਿੰਦੇ ਨਾ ਸੀਰੀਅਲ ਬਹੁਤ ਹੀ ਪਾਪੂਲਰ ਹੋਇਆ ਪਰਛਾਵੇਂ ਕਹਿੰਦੇ ਇੱਕ ਬੁੜੀ ਜੀ ਆਈ ਡੀ ਭੈੜੀ ਕਹਿੰਦੇ ਜੇ ਕਿਤੇ ਮਿਲ ਜਾਏ ਨਾ ਕਹਿੰਦੇ ਕਹਿੰਦੇ ਬੁੜੀ ਨੂੰ ਤਾਂ ਕਹਿੰਦੇ ਮੈਂ ਬੰਦਾ ਬਣਾ ਲਿਆ ਕਹਿੰਦਾ ਬੁੜੀ ਨੂੰ ਬੰਦਾ ਮੈਂ ਵੀ ਉਹਦਾ ਐਸਾ ਦੇਵੰਤਰੇ ਸੀ ਨਾ ਉਹ ਆਪਣੇ ਜਿਹੜੇ ਨਾਲ ਸਾਡੇ ਥਾਣੇਦਾਰ ਹੈ ਉਹਨਾਂ ਦੀ ਮਤਲਬ ਉਹਨਾਂ ਦੀ ਬਹੁਤੀ ਇਹ ਗੱਲ ਕਰ ਰਹੀ ਹੈ ਕਹਿੰਦੀ ਮੈਂ ਬੰਦਾ ਐਡੀ ਚੰਦਰੀ ਕਹਿੰਦੀ ਬੁੜੀ ਹੈ ਨਾ ਉਹ ਤੇ ਮੈਂ ਹੱਸ ਵੀ ਮੈਂ ਕਿਹਾ ਉਹ ਮੈਂ ਹੀ ਹੈ ਕਹਿੰਦੀ ਬਾਹਰ ਚਿੱਟੋ ਕਰ ਬੁੜੀ ਬਣਾਈ ਹੋਈ ਸੀ ਮੈਂ ਕਿਹਾ ਉਹ ਲੱਗਦਾ ਸੀ ਵੀ ਹਾਂ ਉਹਦਾ ਮੈਨੂੰ ਐ ਬੁਰੀ ਨਹੀਂ ਲੱਗੀ ਮੈਨੂੰ ਚੰਗਾ ਲੱਗਿਆ ਮੈਂ ਸ਼ਾਇਦ ਮੇਰਾ ਕਰੈਕਟਰ ਇਹਨੂੰ ਵਧੀਆ ਲੱਗਿਆ ਮੈਂ ਆਪਦਾ ਕਰੈਕਟਰ ਪਰਫੈਕਟ ਕਰਤਾ ਜਿਹੜਾ ਇਹਨਾਂ ਨੇ ਕਿਹਾ ਵੀ ਮੈਂ ਇਹਨੂੰ ਪੁੱਛਾਂ ਪਰ ਉਹ ਸੀਰੀਅਲ ਬਹੁਤ ਅੱਛਾ ਸੀ ਜੀ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਹੁਣ ਤਾਂ ਮੈਨੂੰ ਲੱਗਦਾ ਗਿਣਤੀ ਨਹੀਂ ਹੈਗੀ ਇੰਨੀਆਂ ਫਿਲਮਾਂ ਕਰ ਲਈਆਂ ਕਰੀ ਵੀ ਜਾ ਰਹੇ ਹਾਂ ਕਿਉਂਕਿ ਹਲੇ ਜੋ ਸਬਜੈਕਟ ਆਉਣੇ ਚਾਹੀਦੇ ਆ ਉਹ ਅੱਗੇ ਹਲੇ ਨਹੀਂ ਆਏ ਮੈਨੂੰ ਲੱਗਦਾ
जिन्हें सब्जेक्ट्स से फिल्मा बननिया चाहिए ठीक है। कॉमेडी फिल्म एक हिट होंगी है तो कॉमेडी फिल्म बनी जाती है उस उ टिकड़ी चौकड़ी जी लैके उ मतलब सब्जेक्ट लैके उ स्टोरी लाइन लैके फिल्म बनी जाती ने। मैं भी लगता है भी हले ठीक है जी करी जा रहे काम क्योंकि प्रोफेशन है फिल्म अपना हूँ अपनी एक जरूरत भी है तो करी भी जा रहे क्योंकि प्रोफेशन ही यही है। तो पर मैं लगता भी हाँ असीस फिल्म मैं की वो मैं लगता सी बहुत नेड़े सीगी जिदा का मैं करैक्टर करना चाहनी उस करैक्टर दे और मैं मज़ा भी आया वो फिल्म करके। पर हले भी मैं लगता है भी जिदा का करैक्टर मैं करना चाहनी हाँ तो वो हले मेरे हिस्से नहीं आया वो उदा के सब्जैक्ट की मैं वेट है हले शायद जिंदगी रही तो मैं लगता मैं मिलेगा उदा का काम करने लिए। डिपार्टमेंट पढ़ते हुए देखो जी बहुत सारिया प्रोडक्शन कीतिया बहुत सारी सानू थ्यूरी भी पढ़ाई गई बहुत सारा कुछ सानू उपल मैम ने गंभीर जी ने नवनिंद्रा मैम ने मतलब बहुत सारे सानू डिपार्टमेंट के भी अच्छी अच्छी फिल्म सानू दिखाई गई उन्होंने दिनों तो उदो मैं लगता हों जिमें शवाना जी ने समिता जी ने जिदा के करैक्टर उन्होंने करे ने मैं हाले भी मैं भुख है कि मैं उदा का करैक्टर करा उ मेरे आइडल रहे ने हूँ ती मैं उदा का करैक्टर करा उ गुआढ़ी साढ़े जिन्ह ने मैंने कहा से नक् बढ़ाता आए करता है की करती फिर इन्हों की कुड़ी और उ साढ़े रिश्तेदार भी ईवन के आनों हट गए वर्तनों हट गए है ना पेरेंट्स नाल भी पर मेरे पेरेंट्स ने मेरा साथ दिता उधरों पेरेंट्स ने दिता इधरों भुपिंदर ने दिता तो उ रिश्तेदार भी अज कहते हैं हुब के ये साड़ी कुड़ी है तू आऊंगी नहीं भाई अपने मानसा ले लै जवाक तो भूआ उड़ीकद भूआ अज फिल्म च देखा अज भूआ टेलीविजन च देखा उ रिश्तेदार हुब के कहते साड़ी कुड़ी है साडा मान बधाता है कुड़ी ने सोच बदलती है जरूर बदल वो गुआढ़ी भी हम उन्हें प्यार देंगे ने तेन भाई देखा बड़ी खुशी होंगी है सू बड़ा चंगा लगता है। मैं ऑलवेज मिस करती हूँ जी क्यों पर मैं मैं लगता डेढ़ क साल ही होया मैं थिएटर तो थोड़ा कट ऑफ हुई हाँ क्योंकि हूँ टाइम नहीं लग रहा पर मैं जी थिएटर करती हाँ नाल जो भी टाइम मिलता असं करते हैं प्ले पिछे जे किते नाटक हाँ जी नाटक किते असं बोलेंगे सच किया पहला बेबे जी में संत बन गया फिर कमर्शियल शो किते ने कैनेडा किते शो एवरी ईयर जाते रहे ते मतलब बहुत सोहने प्ले सी दोनों एक किता जी रब्बा तू इस्तीफा दे प्ले की हाँ जी अच्छे प्ले सी जी पर वही गल मैं कहना चाहूंगी तुहानू डेढ़ साल हो गया नहीं कर सके पर हमेशा मैं मिस करती हूँ असि हूँ भी रस्ते चाहते ही गल करते आ रहे प्ले तैयार कर लिए जो भी टाइम लगता वो शोज करिए पर जो जिन्या फिल्म मर्जी कर लिए लखा फिल्म कर लिए चाहे जो सुकून सानू साडे मंच ते आके मिलदा है स्टेज ते आके मिलदा है।